ਤੁਹਾਡਾ ਖੇਡਾਂ ਨੂੰ ਪਿਆਰ ਹੀ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਸਟੇਜ ਤੋਂ ਉਤਰ ਕੇ ਹੁਣ ਵਾਲੀਬਾਲ ਕੋਰਟ ਦੇ ਵਿੱਚ ਪਹੁੰਚ ਰਹੇ ਹੋ ਵਾਲੀਬਾਲ ਖੇਡ ਰਹੇ ਨੇ ਮੁੱਖ ਮੰਤਰੀ ਸਾਹਿਬ ਨਾਲ ਖੇਡਾਂ ਦੀ ਪਿਆਰ ਦੀ ਗੱਲ ਕਰੀਏ 2005 ਦੇ ਵਿੱਚ ਜਦੋਂ ਇੰਡੀਆ ਪਾਕਿਸਤਾਨ ਹਾਕੀ ਟੈਸਟ ਮੈਚ ਹੋਇਆ ਤਾਂ ਤੁਸੀਂ 42 ਸੈਕਟਰ ਸਟੇਡੀਅਮ ਨਾ ਸਿਰਫ ਮੈਚ ਦੇਖਿਆ ਪਾਕਿਸਤਾਨ ਦੇ ਟੀਮ ਦੇ ਖਿਡਾਰੀਆਂ ਸੋਹੇਲ ਅਬਾਸ ਵਸੀਮ ਅਹਿਮਦ ਸਲਮਾਨ ਅਕਬਰ ਉਹਨਾਂ ਨੂੰ ਸ਼ੋਪਿੰਗ ਵੀ ਕਰਾਈ ਐਨ ਬੀ ਏ ਦਾ ਕੋਈ ਖਿਡਾਰੀ ਹੋਵੇ ਲੋਨ ਟੈਨਿਸ ਦੇ ਵਿੱਚ ਹੋਰ ਸਪੈਕਰ ਤੋਂ ਲੈ ਕੇ ਲੋਕੋ ਵਿੱਚ ਤੱਕ ਦੀ ਗੱਲ ਕਰੀ ਬਹੁਤ ਸੋਹਣਾ ਪੁਆਇੰਟ ਮੁੱਖ ਮੰਤਰੀ ਸਾਹਿਬ ਤੁਸੀਂ ਲਹਿਣ ਦੇ ਉੱਤੇ ਪੁਆਇੰਟ ਲੈ ਰਹੇ ਸੀ ਅੰਡਰ ਹੈਂਡ ਟੱਕੀ ਅਤੇ ਆਊਟ ਲੱਗ ਗਿਆ ਮੁੰਡਿਆਂ ਵਾਲੀਬਾਲ ਦਾ ਇਸੇ ਤਰ੍ਹਾਂ ਜੇ ਮੁੱਖ ਮੰਤਰੀ ਗਰਾਊਂਡਾਂ ਦੇ ਵਿੱਚ ਖੇਡਣਗੇ ਤਾਂ ਮੇਰੇ ਖਿਆਲ ਦੇ ਵਿੱਚ ਪੰਜਾਬ ਦਾ ਹਰ ਪਿੰਡ ਹਰ ਸ਼ਹਿਰ ਹਰ ਗਲੀ ਹਰ ਮੁਹੱਲਾ ਹਰ ਪਾਰਕ ਦੇ ਵਿੱਚ ਖੇਡਾਂ ਦਾ ਮਾਹੌਲ ਸਿਰਜੇਗਾ ਤਾਂ ਉਹ ਜੀ ਪੁਆਇੰਟ ਆ ਗਿਆ ਮੁੰਡਿਆਂ ਨੈੱਟ ਤੋਂ ਇੰਨੀ ਸੌਖੀ ਨਹੀਂ ਕੱਢੀ ਜਾਣੀ 3 ਨੰਬਰ ਵਾਲਿਆ ਸਕੋਰ ਵੀ ਦੱਸਿਆ ਜਾਵੇ ਨਾਲੋਂ ਨਾਲ ਜੀ ਕੀ ਸਕੋਰ ਚੱਲ ਰਿਹਾ ਦਰਸ਼ਕ ਪੁੱਛ ਰਹੇ ਨੇ ਕੀ ਸਕੋਰ ਚੱਲ ਰਿਹਾ ਹੈਗਾ ਪੁਆਇੰਟਾਂ ਨੂੰ ਦੇਖ ਕੇ ਲੱਗਦਾ ਲੀਡ ਚੰਗੀ ਲੱਗੀ ਲੱਗਦੀ ਹੈ ਸਰ ਗੱਲ ਅਸੀਂ ਪੰਜਾਬ ਦੀਆਂ ਖੇਡਾਂ ਦੀ ਗੱਲ ਕਰ ਰਹੇ ਸੀ ਪੰਜਾਬ ਦੀ ਖੇਡਾਂ ਦਾ ਇਤਿਹਾਸ ਗਾਮਾ ਭਲਵਾਨ ਕਿੱਕਰ ਭਲਵਾਨ ਤੋਂ ਸ਼ੁਰੂ ਹੁੰਦਾ ਸਾਧਨਾਂ ਦੀ ਗੱਲ ਕਰ ਰਹੇ ਸਨ ਸਾਈਕਲਿੰਗ ਦੇ ਵਿੱਚ ਅਲਟਰਾ ਮਾਡਰਨ ਸਾਧਨਾ ਮੁੱਖ ਮੰਤਰੀ ਸਾਹਿਬ ਤੁਸੀਂ ਉਹੀ ਗੱਲ ਕਰ ਰਹੇ ਸੀ ਮੈਚ ਖੇਡਣ ਤੋਂ ਬਾਅਦ ਮੈਚ ਜਿੱਤਣ ਤੋਂ ਬਾਅਦ ਹੱਥ ਮਿਲਾ ਰਹੇ ਹੋ ਇਹ ਸਿਰਫ ਖੇਡਾਂ ਦੇ ਵਿੱਚ ਹੀ ਹੁੰਦਾ ਗਾ